ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਗੁਰਪਾਲ ਸਿੰਘ ਅਤੇ ਇੱਥੇ ਰੁੜਕੇ ਨਗਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਮੈਂ ਹੈੱਡ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਜੀ। ਉਹ ਜੀ ਗੱਲ ਇਸ ਤਰ੍ਹਾਂ ਹੋਈ ਸੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬੇਅੰਤ ਸਿੰਘ ਜੀ, ਜੋ ਕਿ ਇਸ ਨਗਰ ਤੋਂ ਕਿਸ਼ਨਪੁਰੀ ਸੰਤ ਆਸ਼ਰਮ ਤੋਂ ਅਤੇ ਪ੍ਰਚਾਰ ਕਰ ਰਹੇ ਹਨ, ਕੀਰਤਨ ਕਰਦੇ ਹਨ, ਅਤੇ ਉੱਥੇ ਕੀਰਤਨ ਕਰਨ ਵਾਸਤੇ ਗਏ ਸੀ ਜੀ। ਅਤੇ ਉਹ ਕੀਰਤਨ ਪਰਿਵਾਰ ਵਾਲਿਆਂ ਨੇ ਸੱਦਿਆ ਸੀ ਉਹਨਾਂ ਨੂੰ, ਪ੍ਰੇਮ ਸਹਿਤ ਜੀ। ਅਤੇ ਉੱਥੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਆ ਜੀ, ਅਤੇ ਕੀਰਤਨ ਦੀ ਜਿਹੜੀ ਬਾਜੇ ਵਾਲੀ ਭੇਟਾ ਸੀ ਜੀ, ਉਹ ਤਕਰੀਬਨ ਉੱਥੇ ਜਿਹੜੇ ਉੱਥੋਂ ਦੇ ਪ੍ਰਬੰਧਕ ਸੀ, ਪ੍ਰਧਾਨ ਸਾਹਿਬ ਸੀ, ਉਹਨਾਂ ਨੇ ਚੱਕ ਕੇ ਉਹ ਗੋਲਕ ਦੇ ਵਿੱਚ ਪਾ ਦਿੱਤੀ ਸੀ ਜੀ। ਅਤੇ ਉਦੋਂ ਬਾਅਦ ਦੇ ਵਿੱਚ ਭਾਈ ਬੇਅੰਤ ਸਿੰਘ ਉਹਨਾਂ ਨੂੰ ਸਵਾਲ ਕੀਤਾ ਵੀ ਇਹ ਤਕਰੀਬਨ ਜਿਹੜੀ ਬਾਜੇ ਵਾਲੀ ਭੇਟਾ ਹੁੰਦੀ ਹੈ, ਇਹ ਸਾਡਾ ਆਸ਼ੀਰਵਾਦ ਹੁੰਦਾ, ਜਿਹੜੇ ਕਿ ਸਾਨੂੰ ਸੰਗਤ 5-10 ਜੋ ਵੀ ਹੈ ਪੈਸੇ ਰੱਖਦੇ ਨੇ, ਅਤੇ ਉਹ ਸਾਡਾ ਜਿਹੜਾ ਆਸ਼ੀਰਵਾਦ ਸੀ ਵੀ ਉਹ ਇਹਨਾਂ ਨੇ ਚੱਕੇ ਗੋਲਕ ਵਿੱਚ ਪਾਤਾ, ਵੀ ਤੁਹਾਨੂੰ ਇਹ ਜਾਂ ਸ਼੍ਰੋਮਣੀ ਕਮੇਟੀ ਤੁਸੀਂ ਲਿਖਾਇਆ ਹੋਇਆ ਜਾਂ ਤੁਹਾਡਾ ਕੋਈ ਮਤਾ ਉਹ ਸਾਨੂੰ ਦਿਖਾ ਦਿਉ, ਤੁਸੀਂ ਸਾਰੀ ਕਮੇਟੀ ਨੂੰ ਸੱਦ ਲਓ, ਅਸੀਂ ਗੱਲਬਾਤ ਕਰ ਲੈਂਦੇ ਹਾਂ। ਅਤੇ ਉਹ ਉਹਨਾਂ ਨੇ ਕੋਈ ਰਾਹ ਨਹੀਂ ਦਿੱਤਾ ਹੈਗਾ ਜੀ। ਅਤੇ ਉਦੋਂ ਬਾਅਦ ਦੇ ਵਿੱਚ ਅੱਧਾ ਘੰਟਾ ਉੱਥੇ ਉਹ ਬੈਠੇ ਰਹੇ ਨੇ, ਵੇਟ ਕੀਤੀ ਉਹਨਾਂ ਨੇ ਅੱਧਾ ਘੰਟਾ ਵੀ ਚਲੋ ਕੋਈ ਆ ਜਾਏਗਾ, ਕੋਈ ਗੱਲ ਕਰੇਗਾ, ਪਰ ਕਿਸੇ ਨੇ ਵੀ ਉੱਥੇ ਗੱਲ ਨਹੀਂ ਕੀਤੀ ਜੀ। ਫਿਰ ਉਸ ਤੋਂ ਬਾਅਦ ਤਕਰੀਬਨ ਉਹਨਾਂ ਨੂੰ ਭਾਈ ਸਾਹਿਬ ਉਹਨਾਂ ਨੂੰ ਕੌੜਾ ਕਚੱਬਣਾ ਪਿਆ, ਉਹਨਾਂ ਨੇ ਫਿਰ ਇਹ ਵੀਡੀਓ ਤਾਂ ਪਾਈ ਜੀ। ਅਤੇ ਸਾਰਾ ਇਹ ਪੈਸਾ, ਯਾਨੀ ਕਿ ਮਸਲਾ ਸੀ ਵੀ ਉੱਥੋਂ ਦੇ ਜਿਹੜੇ ਪ੍ਰਬੰਧਕ ਸੀ ਅਤੇ ਉਹ ਜ਼ਿਆਦਾ ਉਹਨਾਂ ਨੇ ਬਿਹੇਵ ਵੀ ਉਹਨਾਂ ਨਾਲ ਗਲਤ ਕੀਤਾ ਜੀ। ਅਤੇ ਚਲੋ ਪੈਸੇ ਦਾ ਕੋਈ ਮਸਲਾ ਇਹਦੇ ਵਿੱਚ ਹੈ ਨਹੀਂ, ਅਤੇ ਵੀ ਪੈਸੇ ਉਹਨਾਂ ਨੇ ਚੱਕੇ ਉਹ ਕੋਈ ਗੱਲ ਨਹੀਂ, ਪਰ ਜਿਹੜੇ ਉਹਨਾਂ ਨੇ ਧੱਕੇ ਵੀ ਮਾਰੇ ਜੀ ਗੁਰੂ ਘਰ ਦੇ ਵਿੱਚੋਂ, ਅਤੇ ਭਾਈ ਸਾਹਿਬ ਜੀ ਨੇ ਕਿਹਾ ਵੀ ਸੀ ਵੀ ਤੁਸੀਂ ਵੀ ਭਾਈ ਬਹਿ ਕੇ ਗੱਲ ਆਪਾਂ ਕਰ ਲੈਂਦੇ ਹਾਂ, ਵੀ ਤੁਸੀਂ ਪੰਚਾਇਤ ਬੁਲਾ ਲਓ ਆਪਣੇ ਨਗਰ ਦੀ, ਅਤੇ ਉਹ ਕਹਿੰਦੇ ਵੀ ਤੁਸੀਂ ਜਿਹੜਾ ਕੁਝ ਕਰਨਾ ਕਰ ਲਓ, ਅਸੀਂ ਤਾਂ ਇੱਦਾਂ ਹੀ ਕਰਾਂਗੇ। ਫਿਰ ਉਹਨਾਂ ਨੇ ਜੀ ਉਹ ਵੀਡੀਓ ਪਾਈ ਸੀ, ਤੁਸੀਂ ਆਪ ਜੀ ਨੇ ਸਾਰੀ ਵੀਡੀਓ ਦੇਖੀ ਹੈ, ਉਹ ਵੀ ਕਿੰਨਾ ਜ਼ਿਆਦਾ ਤਕਰੀਬਨ ਉਹਨਾਂ ਨੇ ਜਿਹੜੀ ਮੱਧਭਾਗੀ ਘਟਨਾ ਹੋਈ ਹੈ, ਇਹ ਵੱਡਾ ਉਹਨਾਂ ਨੇ ਗੁਨਾਹ ਕੀਤਾ ਜੀ। ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀ ਬੋਲ ਬਾਣੀ, ਇੱਦਾਂ ਦਾ ਕੰਮ ਕਰਨਾ ਜਿਵੇਂ ਧੱਕੇ ਦੇ ਕੇ ਉਹਨਾਂ ਨੂੰ ਕੈਮਰਾ ਵੀ ਕਿਤੇ ਨਾ ਕਿਤੇ ਉਹ ਗਿਰਿਆ ਜਦੋਂ ਉਹਨਾਂ ਨੂੰ ਧੱਕੇ ਦਿੰਦੇ ਪਏ, ਹਾਂਜੀ ਹਾਂਜੀ ਹਾਂਜੀ, ਇਹ ਗੱਲ ਪ੍ਰਬੰਧਕਾਂ ਨੂੰ ਪ੍ਰਧਾਨਾਂ ਨੂੰ ਸ਼ੋਭਾ ਦਿੰਦੀ ਹੈ? ਬਿਲਕੁਲ ਨਹੀਂ ਦਿੰਦੀ ਹੈਗੀ ਜੀ, ਕਿਉਂਕਿ ਦੇਖੋ ਜੀ ਜਿਹੜਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਵਾ, ਤੇ ਤਕਰੀਬਨ ਉਹਦਾ ਤਾਂ ਸਾਡਾ ਸਤਿਕਾਰ ਕਰਨਾ ਬਣਦਾ, ਕਿਉਂਕਿ ਸਿੱਖੀ ਦਾ ਪ੍ਰਸਾਰ, ਸਿੱਖੀ ਦਾ ਅੱਗੇ ਸਿੱਖੀ ਤਾਂ ਹੀ ਵਧੇਗੀ ਜੀ। ਹੁਣ ਸਾਡੇ ਨੌਜਵਾਨ ਨੇ ਜਿਹੜੇ ਕਿ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਰਹੇ ਨੇ, ਅਤੇ ਸਿੱਖੀ ਦਾ ਪ੍ਰਚਾਰ ਉਹਨੇ ਜਿਹੜੇ ਘੜਾਮ ਚੌਧਰੀ ਨੇ ਹੋਣ ਹੀ ਨਹੀਂ ਦਿੰਦੇ ਜੀ, ਜੇ ਆਪਾਂ ਦੇਖਿਆ ਜਾਵੇ। ਹਾਲੇ ਕਿ ਜੇ ਦੇਖਿਆ ਜਾਵੇ ਸੱਤਾ ਅਤੇ ਬਲਵੰਡ, ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਕਿੰਨਾ ਸਤਿਕਾਰ ਕਰਦੇ ਸੀ, ਉਹ ਮੁੱਖ ਕੀਰਤਨੀ ਸੀ, ਅਤੇ ਮਹਾਰਾਜ ਉਹਨਾਂ ਨੂੰ ਇੰਨਾ ਪ੍ਰੇਮ ਕਰਦੇ, ਅਤੇ ਸਾਡੇ ਅੱਜ ਘੜਾਮ ਚੌਧਰੀ ਨੇ ਸਿਰਫ ਇਕੱਲਾ ਪੈਸਾ ਦੇਖਦਾ ਜੀ। ਉੱਥੇ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਤੁਸੀਂ ਪੈਸੇ ਘਰੇ ਲੈ ਕੇ ਜਾਣੇ ਨੇ, ਅਸੀਂ ਪੈਸੇ ਇਹ ਗੁਰਦੁਆਰੇ ਲਾਉਣੇ ਨੇ, ਪਰ ਸ਼ਰਮ ਵਾਲੀ ਗੱਲ ਇਹ ਹੈ ਵੀ ਸਾਡੇ ਕੀਰਤਨੀ ਜੱਥਿਆਂ ਦੇ ਹੀ ਪੈਸੇ ਚੱਕ ਕੇ ਉਹਨਾਂ ਨੇ ਗੁਰਦੁਆਰੇ ਲਾਉਣੇ ਨੇ, ਤਾਂ ਫਿਰ ਪਿੰਡ ਕਿੱਥੇ ਗਿਆ ਜੀ? ਪਿੰਡ ਦੇ ਵੀ ਤਾਂ ਪੈਸੇ ਇਕੱਠੇ ਕਰਕੇ ਲਾ ਸਕਦੇ ਨੇ ਜੀ। ਯਾਨੀ ਕਿ ਬਹੁਤ ਜ਼ਿਆਦਾ ਇਹ ਮੰਦਭਾਗੀ ਘਟਨਾ ਹੋਈ ਹੈ, ਉਹਨਾਂ ਨੇ ਬਹੁਤ ਜ਼ਿਆਦਾ ਇਹ ਵੱਡਾ ਗੁਨਾਹ ਕੀਤਾ ਜੀ। ਬਹਿ ਕੇ ਗੱਲ ਕਰ ਲੂੰਗੇ, ਸੁਣਨੀ ਹੋ ਜੂਗਾ ਨਹੀਂ ਯਾਰ, ਗੱਲ ਤਾਂ ਉਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਬੇਅੰਤ ਸਿੰਘ ਜੀ, ਕੀਰਤਨੀ ਜਥਾ, ਅੱਜ ਅਸੀਂ ਘਵੱਦੀ ਪਿੰਡ ਦੇ ਵਿੱਚ ਕੀਰਤਨ ਕਰਨ ਵਾਸਤੇ ਆਏ ਹਾਂ। ਸਾਨੂੰ ਇੱਥੇ ਪਿਆਰ ਸਹਿਤ ਪਰਿਵਾਰ ਵੱਲੋਂ ਬੁਲਾਇਆ ਗਿਆ। ਜਦੋਂ ਅਸੀਂ ਕੀਰਤਨ ਦੀ ਸਮਾਪਤੀ ਕੀਤੀ, ਉਦੋਂ ਬਾਅਦ ਦੇ ਵਿੱਚ ਇੱਥੋਂ ਦੀ ਜਿਹੜੀ ਕਮੇਟੀ ਮੈਂਬਰ ਨੇ ਔਰ ਉਹਨਾਂ ਨੇ ਸਾਡੇ ਜਿਹੜੇ ਪੈਸੇ ਮਾਇਆ ਵਾਲੇ ਉਹ ਚੱਕ ਕੇ ਗੋਲਕ ਦੇ ਵਿੱਚ ਪਾ ਦਿੱਤੇ ਆ, ਉਹ ਬਣਾ ਦਿੱਤੇ ਆ, ਪਾਤੇ ਆ।
ਹੋਇਆ ਕਰੋਗਾ ਓ ਜਿਹਨੇ ਸੱਦਿਆ ਤੈਨੂੰ ਹੱਥ ਨਹੀਂ ਕੋਈ ਮੇਰਾ ਕੰਮ ਨਹੀਂ ਸਰਕੜੀ ਹੱਥ ਨਹੀਂ ਪਾਉਣਾ ਹੱਥ ਨਹੀਂ ਪਾਉਣਾ ਹੱਥ ਕੇ ਮੇਰੇ ਪੜਾ ਤੇਰੇ ਬਾਰੇ ਵਿੱਚ ਪਤਾ ਨਹੀਂ ਕੀ ਕਰੂੰ ਬਲਾਮ ਹੋਇਆ ਬਾਬਾ ਜੀ ਸੁਣੋ ਗੱਲ ਬਹੁਤ ਵਧੀਆ ਨਹੀਂ ਆ ਪੰਜਾਬ ਦਾ ਇਹਨਾਂ ਦਾ ਹੱਥ ਨਹੀਂ ਸੀਗਾ ਇਹਨਾਂ ਦਾ ਹੱਥ ਨਹੀਂ ਸੀਗਾ ਬਹਿ ਕੇ ਗੱਲ ਕਰ ਤੂੰ ਆਹ ਬਹਿ ਕੇ ਗੱਲ ਕਰ ਮਾਰੋ ਇਹਨਾਂ ਦਾ ਵੀਡੀਓ ਬਣਾ ਦੂੰ ਆਪੂ ਤੱਕ ਕੇ ਮਾਰ ਕੇ ਮਾਰੇ ਹੁਣ ਸੰਗਤ ਦੇ ਵਿੱਚ ਧੱਕੇ ਮਾਰੇ ਆ ਬੰਦਿਆਂ ਨੇ ਗੁਰਦੁਆਰੇ ਚੋਂ ਧੱਕੇ ਮਾਰਦੇ ਨੇ ਬੰਦੇ ਆ ਕਮੇਟੀ ਵਾਲੇ ਬਹੁਤ ਮਾੜਾ ਕਰ ਰਹੇ ਨੇ ਇਹ ਚੱਲ ਕੋਈ ਨਹੀਂ ਬਹੁਤ ਮਾੜਾ ਹਾਂ ਸੰਗਤ ਦੇ ਵਿੱਚੋਂ ਧੱਕੇ ਮਾਰ ਰਹੇ ਨੇ ਸਾਨੂੰ ਧੱਕੇ ਮਾਰ ਰਹੇ ਨੇ ਹਾਂ ਬਹੁਤ ਜਿਹੜਾ ਹੈ ਇਹਨਾਂ ਨੇ ਅੱਜ ਮਾੜਾ ਕੀਤਾ ਘੁੱਦੀ ਪਿੰਡ ਦੇ ਵਿੱਚ ਇਹ ਨਹਿਰ ਵਾਲਾ ਗੁਰਦੁਆਰਾ ਸ਼ਹੀਦਾਂ ਦਾ ਸਥਾਨ ਹੈ ਔਰ ਇਹਨਾਂ ਨੇ ਸਾਡੇ ਸਿੰਘਾਂ ਨੂੰ ਵੀ ਧੱਕੇ ਮਾਰੇ ਰੌਲਾ ਪਾਇਆ ਮਾਇਆ ਚੱਕ ਕੇ ਗੋਲਕ ਦੇ ਵਿੱਚ ਪਾਈ ਔਰ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਪਤਾ ਲੱਗੇ ਵੱਧ ਤੋਂ ਵੱਧ ਸੰਗਤਾਂ ਨੂੰ ਇਹਨਾਂ ਦਾ ਪਤਾ ਲੱਗੇ ਪਿੰਡ ਵਾਲਿਆਂ ਦਾ ਇਹਨਾਂ ਨੇ ਜਿਹੜਾ ਧੱਕਾ ਕੀਤਾ ਸਾਡੇ ਨਾਲ ਔਰ ਅਸੀਂ ਇਹ ਬੇਨਤੀ ਕਰਦੇ ਹਾਂ ਵਾਰ ਵਾਰ ਸੰਗਤ ਨੂੰ ਜਿੰਨੀ ਵੀ ਸੰਗਤ ਆ ਸਾਰੀ ਪਤਾ ਲੱਗੇ ਲੋਕਾਂ ਨੂੰ ਜਿੰਨੇ ਵੀ ਸੰਗਤ ਹੈ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਕਿ ਜਿਹੜੀ ਹੈ ਸਾਰੀ ਸੰਗਤ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਪਿੰਡ ਦੇ ਵਿੱਚ ਪਤਾ ਲੱਗੇ ਜਿਹੜਾ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਔਰ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਪਿੰਡਾਂ ਦੇ ਵਿੱਚੋਂ ਕਿਸੇ ਦੇ ਵਿੱਚ ਪੈਸੇ ਚੱਕਣ ਦਾ ਮਤਲਬ ਕੋਈ ਨਹੀਂ ਹੈਗਾ ਕਿਸੇ ਦਾ ਵੀ ਇਹ ਪੌਣ ਚੱਕ ਕੇ ਆਪਦੀ ਗੋਲਕ ਦੇ ਵਿੱਚ ਪਾ ਦੇਣ ਅਸੀਂ ਆਪਦੀ ਮਿਹਨਤ ਕਰਦੇ ਹਾਂ ਸਾਨੂੰ ਬੁਲਾਇਆ ਜਾਂਦਾ ਅਸੀਂ ਤਾਂ ਆਉਂਦੇ ਹਾਂ ਅਸੀਂ ਬਿਨਾਂ ਬੁਲਾਏ ਤਾਂ ਨਹੀਂ ਜਾਂਦੇ ਕਿਸੇ ਦੇ ਅਤੇ ਵੱਧ ਤੋਂ ਵੱਧ ਵੀਡੀਓ ਜਿਹੜੀ ਸ਼ੇਅਰ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੀ ਵੀਡੀਓ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਬੇਅੰਤ ਸਿੰਘ ਨਗਰ ਪਿੰਡ ਰੋੜਕਾ ਕੀਰਤਨੀ ਜੱਥਾ ਕੱਲ੍ਹ ਅਸੀਂ ਘੁੱਦੀ ਪਿੰਡ ਕੀਰਤਨ ਕਰਨ ਵਾਸਤੇ ਗਏ ਸੀਗੇ ਉਹ ਸਾਰੀ ਵੀਡੀਓ ਤੁਸੀਂ ਦੇਖੀ ਆ ਉਹ ਜੋ ਪਾਈ ਗਈ ਸੀ ਨੈੱਟ ਦੇ ਉੱਪਰ ਤੋ ਇਸੇ ਤਰ੍ਹਾਂ ਹੀ ਉਹ ਫਿਰ ਅੱਜ ਉਸ ਮਸਲੇ ਦੇ ਉੱਪਰ ਸਾਡੇ ਜਥੇਬੰਦੀ ਦੇ ਸਿੰਘ ਗਏ ਉਹਨਾਂ ਨੇ ਜਾ ਕੇ ਉਸ ਧਿਰ ਦੇ ਨਾਲ ਸਾਰੀ ਗੱਲਬਾਤ ਕੀਤੀ ਗੱਲਬਾਤ ਹੋਣ ਤੋਂ ਬਾਅਦ ਉਹ ਜਿਹੜਾ ਮਸਲੇ ਦਾ ਹੱਲ ਉਹ ਸਾਰਾ ਹੋ ਗਿਆ ਨਿਬੜ ਗਿਆ ਬਹੁਤ ਤੁਸੀਂ ਸਾਥ ਦਿੱਤਾ ਸੋਸ਼ਲ ਮੀਡੀਆ ਦੇ ਉੱਪਰ ਇਹ ਜਿਹੜੀ ਵੀਡੀਓ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਉਹ ਮਸਲੇ ਦਾ ਜਿਹੜਾ ਹੱਲ ਹੈ ਉਹ ਸਾਡੇ ਜਥੇਬੰਦੀ ਦੇ ਜਿਹੜੇ ਸਿੰਘ ਸੀ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਕਰ ਲਿਆ ਸੰਗਤਾਂ ਨੇ ਵੱਧ ਤੋਂ ਵੱਧ ਵੀਡੀਓ ਵਾਇਰਲ ਕਰਨੀ ਹੈ ਜ਼ਰੂਰ ਤੋ ਸਾਰਿਆਂ ਦਾ ਸਾਥ ਦੇਣ 'ਤੇ ਸਾਡੇ ਜਥੇ ਵੱਲੋਂ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ